subscribe now and press the bell icon. Never miss an update. ਇਹਨਾਂ ਦੇ ਪਲਾਟ ਤੇ ਕਬਜ਼ਾ ਜਿਹਾ ਹੋ ਗਿਆ ਪਰ ਹੁਣ ਅਸੀਂ ਸਫਾਈ ਕਰਾ ਕੇ ਇੱਕ ਦਿਨ ਗੇਟ ਖੁੱਲ੍ਹਾ ਸੀ ਕਿਤੇ ਬੰਦਾ ਕੋਈ ਆਇਆ ਅਤੇ ਅੰਦਰ ਇੱਟਾਂ ਉੱਟਾਂ ਜਿਹੀਆਂ ਸਿੱਟ ਗਿਆ ਜੀ ਅੱਛਾ ਜੀ ਕਬਜ਼ਾ ਕਰਨ ਵਾਸਤੇ ਪਰ ਹੁਣ ਸਾਨੂੰ ਪੁਲਿਸ ਵਾਲੇ ਆ ਕੇ ਰੋਕ ਦਿੰਦੇ ਆ ਇਹ ਪੁਲਿਸ ਵਾਲੇ ਕੀ ਕਹਿੰਦੇ ਨਹੀਂ ਤੇ ਤੁਹਾਡੇ ਕੋਲ ਰਜਿਸਟਰੀ ਆ ਕੁਛ ਉਹ ਹੈਗੀ ਹੈ ਹਾਂਜੀ ਇੰਤਕਾਲ ਵੀ ਚੜਿਆ ਹੋਇਆ ਹਾਂਜੀ ਤੁਹਾਡੀ ਸੁਣਵਾਈ ਨਹੀਂ ਹੈ ਦੂਜੇ ਪਾਰਟੀ ਦੀ ਸੁਣਵਾਈ ਹੈ ਹਾਂਜੀ ਅਸੀਂ ਇੱਥੇ ਕਮਰਾ ਪਾ ਕੇ ਕਿਸੇ ਆਪਣੇ ਨੌਕਰ ਨੂੰ ਜਾਂ ਕਿਸੇ ਨੂੰ ਬਿਠਾਉਣਾ ਸੀ ਚਾਹੁੰਦੇ ਸੀ ਅਸੀਂ ਡਰ ਲੱਗ ਰਿਹਾ ਤੁਹਾਨੂੰ ਕਿ ਕਬਜ਼ੇ ਹੋਣ ਲੱਗ ਜਾ ਹਾਂਜੀ ਡਾਇਰੈਕਟਰ ਹਾਰਟੀਕਲਚਰ ਰਿਟਾਇਰਡ ਉਹ ਐਡਾ ਵੱਡਾ ਅਫਸਰ ਉਹ ਕਿਉਂ ਗਲਤ ਕਰੇਗਾ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਇਹ ਸ਼ਰੇਆਮ ਤੱਕ ਹੈ ਨਾ ਨਾਲ ਅਤੇ ਪੁਲਿਸ ਨੂੰ ਮਦਦ ਇਹਨਾਂ ਦੀ ਕਰਨੀ ਚਾਹੀਦੀ ਹੈ ਪਤਾ ਨਹੀਂ ਕਿਉਂ ਪੁਲਿਸ ਦੀਆਂ ਕੀ ਕੰਸਿਡਰੇਸ਼ਨਸ ਹੈ ਪਰ ਜੇ ਇਹੀ ਸਥਿਤੀ ਰਹੀ ਫਿਰ ਤਾਂ ਐਨ ਆਰ ਆਈ ਜੀ ਨੇ ਪੈਸਾ ਕੱਢ ਕੇ ਉੱਥੇ ਲੈ ਜਾਣੇ ਅਤੇ ਸਾਡੇ ਪੰਜਾਬ ਨੂੰ ਇਹਦਾ ਬਹੁਤ ਵੱਡਾ ਲੌਸ ਹੋਣਾ ਕੋਈ ਮਾੜੇ ਜਿਹੇ ਕੋਈ ਰਸੀਦ ਸੂਦੀ ਚੱਕੀ ਫਿਰਦੇ ਆ ਉਹ ਜਨ ਹਿਤੈਸ਼ੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜਨ ਜਨ ਕੀ ਬਾਤ ਜਨ ਹਿਤੈਸ਼ੀ ਕੇ ਸਾਥ ਦੋਸਤੋ ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡਾ ਰੂਬਰੂ ਹੋ ਰਿਹਾ ਅਤੇ ਜਿੱਦਾਂ ਕਿ ਅਸੀਂ ਮੁਹਿੰਮ ਚੱਕੀ ਹੋਈ ਹੈ ਸ਼ਹਿਰ ਦੇ ਵਿੱਚ ਅਲੱਗ ਅਲੱਗ ਜਗ੍ਹਾ 'ਤੇ ਹੋ ਰਹੇ ਨਜਾਇਜ਼ ਕਬਜ਼ਿਆਂ ਦਾ ਲੈਂਡ ਮਾਫੀਆ ਦੇ ਹਾਵੀ ਹੋਣ ਨਾਲ ਜਿਹੜਾ ਇੰਟਰਨੈਸ਼ਨਲ ਲੈਵਲ 'ਤੇ ਮੈਸੇਜ ਬਹੁਤ ਗਲਤ ਜਾ ਰਿਹਾ ਜਿਹੜੇ ਪੰਜਾਬ ਦੇ ਬਾਹਰ ਰਹਿੰਦੇ ਲੋਕ ਇੰਟਰਨੈਸ਼ਨਲ ਲੋਕ ਜਿਹੜੇ ਹੈਗੇ ਆ ਉਹ ਹੁਣ ਕਤਰਾਉਣ ਲੱਗ ਪਏ ਆ ਕਿਉਂਕਿ ਜਿਹੜੀ ਉਹਨਾਂ ਦੀ ਇੱਥੇ ਜ਼ਮੀਨਾਂ ਸਕੂਲ ਕਾਲਜ ਇਹ ਸਾਰਿਆਂ 'ਤੇ ਕਬਜ਼ੇ ਹੋਣ ਲੱਗ ਪਏ ਹੈ ਅਤੇ ਉਹਦੇ ਕਰਕੇ ਸਾਨੂੰ ਇੱਦਾਂ ਲੱਗਦਾ ਪੰਜਾਬ ਦੀ ਜਿਹੜੀ ਸਾਖ ਹੈ ਅਤੇ ਪੰਜਾਬ ਸਰਕਾਰ ਦੀ ਸਾਖ ਨੂੰ ਧੱਬਾ ਲੱਗਦਾ ਜਾ ਰਿਹਾ ਅੱਜ ਇੱਕ ਹੋਰ ਮਾਮਲਾ ਸਾਨੂੰ ਇੱਥੇ ਸਾਡੇ ਨੌਲੇਜ 'ਚ ਆਇਆ ਪੰਚਸ਼ੀਲ ਜੀ ਹਾਂ ਪੰਚਸ਼ੀਲ ਵਿਹਾਰ ਬਾੜੇਵਾਲ ਰੋਡ 'ਤੇ ਜਿਹੜਾ ਕਿ ਬਹੁਤ ਹੀ ਪੌਸ਼ ਇਲਾਕਾ ਹੈ ਕਾਰਪੋਰੇਟ ਸੈਕਟਰ ਦੇ ਲੋਕ ਇੱਥੇ ਰਹਿੰਦੇ ਹੈ ਕਈ ਰਾਜਨੀਤਿਕੀ ਵੀ ਇੱਥੇ ਰਹਿੰਦੇ ਹੈਗੇ ਹੈ ਉਹਨਾਂ ਦੇ ਨੱਕ ਦੇ ਥੱਲੇ ਇਹੋ ਜਿਹੇ ਇੱਥੇ ਵੱਡੇ ਵੱਡੇ ਪਲਾਟਾਂ 'ਚ ਕਿਉਂਕਿ ਖੁੱਲ੍ਹੀ ਡੋਲੀ ਕਲੋਨੀ ਹੈ ਵੱਡੇ ਵੱਡੇ ਪਲਾਟ ਹੈਗੇ ਹੈ ਅਤੇ ਵੱਡੇ ਵੱਡੇ ਪਲਾਟਾਂ 'ਚ ਜਿੱਥੇ ਥੋੜ੍ਹੇ ਦਿਨ ਕੋਈ ਨਹੀਂ ਆਇਆ ਗਿਆ ਕੋਵਿਡ ਦੇ ਕਰਕੇ ਵੀ ਜਾਂ ਹੋਰ ਕਾਰਨਾਂ ਕਰਕੇ ਲੋਕ ਐੱਨ ਆਰ ਆਈ ਦੇ ਬਹੁਤ ਪਲਾਟ ਇੱਥੇ ਹੈ ਉਹਨਾਂ ਦੇ ਪਲਾਟਾਂ 'ਤੇ ਕਬਜ਼ੇ ਹੋਣ ਲੱਗ ਪਏ ਹੈ ਅਤੇ ਸਾਨੂੰ ਇੱਥੇ ਪੰਚਸ਼ੀਲ ਵਿਹਾਰ ਤੋਂ ਲੋਕਾਂ ਨੇ ਬੁਲਾਇਆ ਅਤੇ ਅਸੀਂ ਗੱਲਬਾਤ ਕਰਦੇ ਹਾਂ ਇਹ ਸਰਦਾਰ ਜੀ ਉਹਨਾਂ ਨੇ ਜਿਹੜੇ ਕਿ ਐੱਨ ਆਰ ਆਈ ਹੈ ਸੀਨੀਅਰ ਸਿਟੀਜ਼ਨ ਵੀ ਹੈਗੇ ਹੈ ਇਹਨਾਂ ਦੇ ਪਲਾਟ 'ਤੇ ਕਬਜ਼ਾ ਜਿਹਾ ਹੋ ਗਿਆ ਅਤੇ ਅਸੀਂ ਗੱਲਬਾਤ ਕਰਦੇ ਹਾਂ ਮੌਕੇ ਦੀ ਜਾਣਕਾਰੀ ਪੁੱਛਦੇ ਹਾਂ ਇਹਨਾਂ ਤੋਂ ਕਿ ਕੀ ਹੋਇਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡਾ ਸ਼ੁਭ ਨਾਮ ਭਰਪੂਰ ਸਿੰਘ ਸਿੱਧੂ ਜੀ ਭਰਪੂਰ ਸਿੰਘ ਜੀ ਕੀ ਹੋਇਆ ਤੁਹਾਡੇ ਨਾਲ ਸਾਡੇ ਜੀ ਆ ਪਲਾਟ ਪਿੱਛੇ ਦੇਖ ਰਹੇ ਹਾਂ ਤੁਸੀਂ ਇਹ ਅਸੀਂ ਲਿਆ ਸੀਗਾ 2018 'ਚ ਫਰਵਰੀ 'ਚ ਜੀ ਅਤੇ ਅਸੀਂ ਚਲੋ ਸਫਾਈ ਸਫੂਈ ਕਰਾਉਂਦੇ ਰਹੇ ਇਹਦੀ ਕੋਈ ਅਸੀਂ ਨਹੀਂ ਕੁਛ ਕੀਤਾ ਕੁਤਾ ਜ਼ਿਆਦਾ ਜੀ ਅਤੇ ਬਾਗਲਾ ਬੁਗਲਾ ਇਹਨੂੰ ਗੇਟ ਗੂਟ ਲੱਗਿਆ ਹੋਇਆ ਸੀ ਸਾਰਾ ਕੁਛ ਜੀ ਪਰ ਹੁਣ ਅਸੀਂ ਸਫਾਈ ਕਰਾ ਕੇ ਇੱਕ ਦਿਨ ਗੇਟ ਖੁੱਲ੍ਹਾ ਸੀ ਕਿਤੇ ਬੰਦਾ ਕੋਈ ਆਇਆ ਅਤੇ ਅੰਦਰ ਇੱਟਾਂ ਉੱਟਾਂ ਜਿਹੀਆਂ ਸਿੱਟ ਗਿਆ ਜੀ ਅੱਛਾ ਜੀ ਕਬਜ਼ਾ ਕਰਨ ਵਾਸਤੇ ਅੱਛਾ ਇਹ ਮਤਲਬ ਇੱਟਾਂ ਤੁਸੀਂ ਨਹੀਂ ਸੁਟਵਾਈਆਂ ਲੋਕਾਂ ਨੇ ਸੁਟਵਾਈਆਂ ਨਹੀਂ ਆਹ ਸਿੱਟੀਆਂ ਸੀ ਜੀ ਉਹਨਾਂ ਨੇ ਅੱਛਾ ਬਾਹਰ ਵਾਲੀ ਅਸੀਂ ਇਹ ਬਾਹਰ ਕੱਢ ਕੇ ਸਿੱਟੀਆਂ ਫਿਰ ਉਹ ਇੱਟਾਂ ਅੱਛਾ ਅੱਛਾ ਅਤੇ ਆਪਣੀਆਂ ਇੱਟਾਂ ਸਟਾ ਕੇ ਕਮਰਾ ਪਾਇਆ ਸੀ ਅੱਛਾ ਪਰ ਉਹ ਹੁਣ ਸਾਨੂੰ ਪੁਲਿਸ ਵਾਲੇ ਆ ਕੇ ਰੋਕ ਦਿੰਦੇ ਆ ਇਹ ਪੁਲਿਸ ਵਾਲੇ ਕੀ ਕਹਿੰਦੇ ਉਹ ਕਹਿੰਦੇ ਆ ਜੀ ਇਹ ਪਤਾ ਨਹੀਂ ਵੀ ਉਹ ਦੂਸਰਾ ਬੰਦਾ ਕਲੇਮ ਕਰ ਰਿਹਾ ਵੀ ਜੀ ਇਹ ਪਲਾਟ ਮੈਂ ਖਰੀਦਿਆ ਨਹੀਂ ਤੇ ਤੁਹਾਡੇ ਕੋਲ ਰਜਿਸਟਰੀ ਆ ਕੁਛ ਉਹ ਹੈਗੀ ਹੈ ਹਾਂਜੀ ਇੰਤਕਾਲ ਵੀ ਚੜਿਆ ਹੋਇਆ ਹਾਂਜੀ ਪ੍ਰੋਪਰਟੀ ਤੁਸੀਂ ਦੇਖ ਕੇ ਲਿੱਤੀ ਕੋਈ ਇੱਦਾਂ ਤਾਂ ਨਹੀਂ ਕਈ ਅਕਸਰ ਲੋਕੀ ਹੁੰਦੇ ਕਿ ਝਗੜੇ ਦੀ ਪ੍ਰੋਪਰਟੀ ਸਸਤੀ ਮਿਲਦੀ ਲੈ ਨਹੀਂ ਅਸੀਂ ਪੂਰੇ ਰੇਟ ਤੇ ਜੋ ਵੀ ਸੀਗਾ ਅਸੀਂ ਲਈ ਹੈ ਜੀ ਅੱਛਾ ਜੱਦੀ ਮਾਲਕ ਤੋਂ ਜੱਦੀ ਮਾਲਕਾਂ ਤੋਂ ਹਾਂਜੀ ਤੇ ਕਿੰਨੀ ਕੁ ਦੇਰ ਹੋ ਗਈ 18 'ਚ ਲਈ ਸੀ ਜੀ ਫਰਵਰੀ 'ਚ 3 ਸਾਲ ਹੋ ਗਏ ਸਮਝੋ ਤੁਸੀਂ ਰੈਗੂਲਰ ਇੱਥੇ ਚੱਕਰ ਚੁੱਕਰ ਮਾਰਦੇ ਹੋ ਮਾਰਦੇ ਹਾਂ ਹਰ ਸਾਲ ਹਾਂਜੀ ਅੱਛਾ ਅਤੇ ਫਿਰ ਹੁਣ ਇਹ ਸਡਨਲੀ ਕਿੱਦਾਂ ਦੀ ਇੱਕਦਾਂ ਦੀ ਐਕਟੀਵਿਟੀ ਹੋ ਗਈ ਆਹੀ ਬਸ ਇਹਦੇ ਕਰਕੇ ਆ ਸਾਨੂੰ ਫਿਕਰ ਜਿਹਾ ਹੋ ਗਿਆ ਵੀ ਇਹ ਬੰਦਾ ਕਿੱਧਰੋਂ ਆ ਗਿਆ ਕੋਈ ਅੱਛਾ ਜੀ ਕਿੰਨੇ ਗਜ਼ ਦਾ ਪਲਾਟ ਹੈ ਤੁਹਾਡਾ ਇਹ 728 ਗਜ਼ ਹੈ ਜੀ ਦੋ ਪਲਾਟ ਨੇ ਐਕਚੁਅਲੀ ਇੱਕ ਮੇਰੇ ਨਾਂ ਇੱਕ ਮੇਰੇ ਲੜਕੇ ਦੇ ਨਾਂ 'ਤੇ ਅੱਛਾ ਜੀ ਅਤੇ ਤੁਸੀਂ ਐੱਨ ਆਰ ਆਈ ਹੋ ਹਾਂਜੀ ਹਾਂਜੀ ਕੀ ਉਮਰ ਕਿੰਨੀ ਕੁ ਹੈਗੀ ਤੁਹਾਡੀ 65 ਸਾਲ ਹੋ ਗਈ ਹੈ ਜੀ ਹੁਣ ਤਕਰੀਬਨ ਅਤੇ ਤੁਸੀਂ ਇਹਦੇ ਲਈ ਜਿਵੇਂ ਪੁਲਿਸ ਵਗੈਰਾ ਕੋਲ ਜਾਂਦੇ ਹੋ ਕਿ ਨਹੀਂ ਗਏ ਕਿ ਨਹੀਂ ਗਏ ਹਾਂ ਜੀ ਅਸੀਂ ਕੰਪਲੇਂਟ ਵੀ ਕੀਤੀ ਹੈ ਕਮਿਸ਼ਨਰ ਸਾਹਿਬ ਕੋਲ ਅੱਛਾ ਅਤੇ ਉਹ ਹਲੇ ਕਾਰਵਾਈ ਕਰ ਰਹੇ ਆ ਪਤਾ ਨਹੀਂ ਹੁਣ ਦੇਖੋ ਕੀ ਕਰਦੇ ਆ ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਅਸਲ ਮਾਲਕ ਹੋ ਤੁਹਾਡੇ ਨਾਮ ਇੰਤਕਾਲ ਚੜਿਆ ਹੋਇਆ ਪ੍ਰੋਪਰਟੀ ਬੋਲਦੀ ਹੈ ਰਜਿਸਟਰੀ ਹੋਈ ਹੋਈ ਹੈ ਅਤੇ ਤੁਹਾਡੀ ਸੁਣਵਾਈ ਨਹੀਂ ਹੈ ਦੂਜੇ ਪਾਰਟੀ ਦੀ ਸੁਣਵਾਈ ਹੈ ਹਾਂਜੀ ਇਹੀ ਕਹਿ ਸਕਦੇ ਹਾਂ ਜਦੋਂ ਸਾਨੂੰ ਕੁਛ ਕਰ ਨਹੀਂ ਦੇ ਰਹੇ ਉਹ ਅੱਛਾ ਜੀ ਹਾਂਜੀ ਅਤੇ ਤੁਸੀਂ ਕਿੱਥੇ ਹੁਣ ਘਰ ਬਣਾਉਣਾ ਚਾਹ ਰਹੇ ਹੋ ਹਾਂਜੀ ਅਸੀਂ ਇੱਥੇ ਕਮਰਾ ਪਾ ਕੇ ਕਿਸੇ ਆਪਣੇ ਨੌਕਰ ਨੂੰ ਜਾਂ ਕਿਸੇ ਨੂੰ ਬਿਠਾਉਣਾ ਸੀ ਚਾਹੁੰਦੇ ਵੀ ਅਸੀਂ ਡਰ ਲੱਗ ਰਿਹਾ ਤੁਹਾਨੂੰ ਕਿ ਕਬਜ਼ੇ ਹੋਣ ਲੱਗ ਜਾ ਹਾਂਜੀ
ਤੇ ਤੁਸੀਂ ਕਿੱਥੇ ਰਹਿੰਦੇ ਕਿੱਥੇ ਹੋ ਵੈਸੇ ਅਸੀਂ ਬਾੜੇਵਾਲ ਰਹਿੰਦੇ ਹਾਂ ਜੀ ਉਦਾਂ ਅੱਛਾ ਇੱਥੇ ਦਾ ਹੀ ਹੈਗੇ ਬਾੜੇਵਾਲ ਦੇ ਤੇ ਫੋਰਨ ਚ ਕਿੱਥੇ ਰਹਿੰਦੇ ਹੋ ਫੋਰਨ ਚ ਅਸੀਂ ਕੈਨੇਡਾ ਜੀ ਟੋਰਾਂਟੋ ਰਹਿੰਦੇ ਹਾਂ ਟੋਰਾਂਟੋ ਰਹਿੰਦੇ ਹੋ ਹਾਂਜੀ ਤੇ ਅੱਜ ਤੁਸੀਂ ਇੱਥੇ ਫਿਰ ਆਏ ਹੋਏ ਹੋ ਕੀ ਕੋਈ ਖਾਸ ਮਕਸਦ ਨਹੀਂ ਅਸੀਂ ਤਾਂ ਵੈਸੇ ਹੀ ਆ ਜਾਂਦੇ ਹਾਂ ਸਿਆਲਾਂ ਵਿੱਚ ਇੱਧਰ ਆ ਜਾਈਦਾ 6 ਮਹੀਨੇ ਲਈ ਨਹੀਂ ਨਹੀਂ ਹੁਣ ਇੱਥੇ ਆਪਣੇ ਪਲਾਟ ਤੇ ਆਏ ਹੋ ਕੀ ਮਹੱਲੇਦਾਰ ਖੜੇ ਆ ਸਾਰੇ ਇਹਨਾਂ ਕੋਲ ਆਏ ਸੀਗੇ ਹਾਂਜੀ ਇਹਨਾਂ ਕਰਕੇ ਇਕੱਠ ਕੀਤਾ ਸੀ ਇੱਕ ਤਾਂ ਪਾਰਕ ਦਾ ਤੁਹਾਨੂੰ ਪਤਾ ਹੀ ਹੈ ਰੌਲਾ ਜਿਹਾ ਚੱਲ ਰਿਹਾ ਸੀ ਜੀ ਤੇ ਅਸੀਂ ਵਿੱਚ ਆਪਣਾ ਤੁਹਾਨੂੰ ਦੱਸਤੀ ਪ੍ਰੋਬਲਮ ਜੀ ਹਾਂਜੀ ਠੀਕ ਹੈ ਤੇ ਗੱਲਬਾਤ ਕਰਦੇ ਹਾਂ ਮਹੱਲੇ ਦੇ ਜਿਹੜੇ ਜਨਰਲ ਸੈਕਟਰੀ ਸਾਹਿਬ ਹੈਗੇ ਹੈ ਪ੍ਰੋਫੈਸਰ ਸਾਹਿਬ ਜਿਹੜੇ ਕਿ ਗਵਰਨਮੈਂਟ ਕਾਲਜ ਤੋਂ ਰਿਟਾਇਰਡ ਵੀ ਹੈਗੇ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਕਿਉਂਕਿ ਜਿਹੜੇ ਰਜਿੰਦਰ ਸਿੰਘ ਜੀਆਂ ਨੇ ਇਹ ਪਲਾਟ ਜੀ ਆਪਣੇ ਬੇਟੇ ਦੇ ਨਾਂ ਕਰਾ ਕੇ ਬਾਅਦ ਦੇ ਵਿੱਚ ਇਹਨਾਂ ਨੂੰ ਵੇਚਿਆ ਹੈ ਜੀ ਰਜਿੰਦਰ ਸਿੰਘ ਜੀਆਂ ਨੂੰ ਉਹਨਾਂ ਦੀ ਵਾਈਫ ਨਿਰਭੈ ਕੌਰ ਨੂੰ ਉਹਨਾਂ ਦਾ ਬੇਟਾ ਉਹਨਾਂ ਦੀ ਬੇਟੀ ਉਹਨਾਂ ਦੀ ਬੇਟੀ ਵੀ ਸਾਡੇ ਗਵਰਨਮੈਂਟ ਕਾਲਜ 'ਚ ਪੜ੍ਹੀ ਹੈ ਰੇਨੂ ਅੱਛਾ ਜੀ ਅਤੇ ਇਸ ਨੂੰ ਬਹੁਤ ਦੇਰ ਤੋਂ ਪਰਿਵਾਰ ਨੂੰ ਅਸੀਂ ਜਾਣਦੇ ਹਾਂ ਜੀ ਉਹ ਕਿਉਂਕਿ ਮੇਰਾ 62 ਨੰਬਰ ਹੈ ਅਤੇ ਇਹ 66 ਹੈ ਵਿਚਾਲੇ ਇੱਕ ਆਹ ਸ਼ਾਇਦ ਜਿਹੜਾ ਇੱਕ ਹੋਰ ਪਲਾਟ ਹੈ ਉਹ ਵੀ ਉਹਨਾਂ ਦਾ ਸੀ ਉਹਨਾਂ ਨੂੰ ਨੇ ਪਹਿਲਾਂ ਵੇਚਤਾ ਅਤੇ ਉਹ ਮੇਰੇ ਤੋਂ ਪਾਈਪ ਰਾਹੀਂ ਪਾਣੀ ਲੈ ਕੇ ਸਬਮਰਸੀਬਲ ਤੋਂ ਇੱਥੇ ਸਬਜ਼ੀਆਂ ਵਗੈਰਾ ਲਾਉਂਦੇ ਰਹੇ ਆ ਅਕਸਰ ਆਉਂਦੇ ਸੀ ਅਸੀਂ ਬੈਠ ਜਾਣਾ ਗੱਲਾਂ ਬਾਤਾਂ ਕਰਨੀਆਂ ਯਾਨੀ ਕਹਿਣ ਦਾ ਭਾਵ ਇਹ ਹੈ ਵੀ ਰਜਿੰਦਰ ਸਿੰਘ ਜੀ ਜਿਹੜੇ ਡਿਪਟੀ ਡਾਇਰੈਕਟਰ ਹਾਰਟੀਕਲਚਰ ਰਿਟਾਇਰ ਹੋਏ ਪੰਜਾਬ ਦੇ ਉਹ ਉਹਨਾਂ ਦੇ ਫਾਦਰ ਸਾਹਿਬ ਨੇ ਹੀ ਆਹ ਸਾਰੀ ਜ਼ਮੀਨ ਛਾਵੜੇ ਨੂੰ ਕਰੀ ਸੀ ਅਤੇ ਛਾਵੜੇ ਨੇ ਉਹਨਾਂ ਨੂੰ ਉਹਦੇ ਵਿੱਚੋਂ ਇਹ ਪਲਾਟ ਦਿੱਤੇ ਹੋਏ ਸੀਗੇ ਅਤੇ ਉਹ ਪਲਾਟਾਂ ਦੇ ਓਰਿਜਿਨਲ ਮਾਲਕ ਸੀਗੇ ਬਿਲਕੁਲ ਉਹਨਾਂ ਨੇ ਜੇ ਇਹਨਾਂ ਨੂੰ ਵੇਚਿਆ ਤਾਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਹੋਰ ਥਰਡ ਪਾਰਟੀ ਦਾ ਡਾਇਰੈਕਟਰ ਹਾਰਟੀਕਲਚਰ ਰਿਟਾਇਰਡ ਹੋ ਐਡਾ ਵੱਡਾ ਅਫਸਰ ਉਹ ਕਿਉਂ ਗਲਤ ਕਰੇਗਾ ਜੀ ਨਹੀਂ ਨਹੀਂ ਉਹਨੇ ਗਲਤ ਕਰਨਾ ਹੀ ਨਹੀਂ ਸੀ ਕਿਉਂਕਿ ਉਹ ਮੈਂ ਉਹਨੂੰ ਕਈ ਸਾਲ ਇੱਥੇ ਆਉਂਦਿਆਂ ਸਬਜ਼ੀਆਂ ਲਾਉਂਦਿਆਂ ਇਹਦੀ ਨਿਗਰਾਨੀ ਕਰਦਿਆਂ ਚਾਰ ਦੀਵਾਰੀ ਕਰਦਿਆਂ ਹੋਰ ਇੱਕ ਵਾਰੀ ਦੀ ਗੱਲ ਹੈ ਕਿ ਪਿਛਲੇ ਪਾਸੇ ਵਾਲਿਆਂ ਦਾ ਕੋਈ ਥੋੜ੍ਹਾ ਜਿਹਾ ਸੀ ਉਹਨਾਂ ਨੇ ਇਹ ਵੱਧ ਹਿੱਸਾ ਕਰ ਲਿਆ ਸੀਗਾ ਇਨਕਰੋਚ ਅੱਛਾ ਜੀ ਉਹਨਾਂ ਨੇ ਉਹ ਰਾਤ ਨੂੰ ਢਹਾ ਕੇ ਆਪਦੀ ਇਨਕਰੋਚਮੈਂਟ ਵੈਕੇਟ ਕਰਵਾਈ ਸੀਗੀ ਇੱਥੇ ਹਾਂ ਉਦੋਂ ਕੋਈ ਵੀ ਐਸਾ ਹੈ ਨਹੀਂ ਸੀਗਾ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਇਹ ਸ਼ਰੇਆਮ ਧੱਕਾ ਹੈ ਨਾ ਨਾਲ ਅਤੇ ਪੁਲਿਸ ਨੂੰ ਮਦਦ ਇਹਨਾਂ ਦੀ ਕਰਨੀ ਚਾਹੀਦੀ ਹੈ ਪਤਾ ਨਹੀਂ ਕਿਉਂ ਪੁਲਿਸ ਦੀਆਂ ਕੀ ਕੰਸਿਡਰੇਸ਼ਨਸ ਹੈ ਕਿ ਪੂਰਾ ਮਹੱਲਾ ਇਹਨਾਂ ਦੇ ਨਾਲ ਖੜੇ ਹੋ ਬਿਲਕੁਲ ਦੇਖੋ ਜਦੋਂ ਸਾਨੂੰ ਅਸੀਂ ਕਨਵਿੰਸਡ ਹਾਂ ਕਿ ਬੇਇਨਸਾਫੀ ਇਹਨਾਂ ਨਾਲ ਹੋ ਰਹੀ ਹੈ ਜੀ ਇਨਸਾਫ ਦਾ ਤਕਾਜ਼ਾ ਮੰਗ ਕਰਦਾ ਵੀ ਉਸ ਧਿਰ ਨਾਲ ਖੜੋ ਜਿਹੜੀ ਧਿਰ ਪੀੜਤ ਹੈ ਬਿਲਕੁਲ ਠੀਕ ਹੈ ਨਾ ਅਤੇ ਮੈਂ ਤਾਂ ਪੰਜਾਬ ਸਰਕਾਰ ਤੋਂ ਮੰਗ ਕਰੂੰਗਾ ਵੀ NRIs ਨੂੰ ਪ੍ਰੋਟੈਕਟ ਕਰਨ ਲਈ ਬਹੁਤ ਵਾਰੀ ਇਸ਼ੂਜ਼ ਰੇਜ ਹੁੰਦੇ ਹੈ ਉਹਨਾਂ ਦੀਆਂ ਪ੍ਰੋਪਰਟੀਜ਼ ਦੇ ਉੱਤੇ ਜੇ ਇਸ ਤਰ੍ਹਾਂ ਹੋਊਗਾ ਤਾਂ ਪੰਜਾਬ ਦਾ ਜਿਹੜਾ ਇਮੇਜ ਹੈ ਖਰਾਬ ਹੋਊ ਬਿਲਕੁਲ ਬਹੁਤ ਸਾਰੇ NRIs ਤੋਂ ਅਸੀਂ ਤਵੱਕੋ ਕਰਦੇ ਹਾਂ ਵੀ ਪੰਜਾਬ ਦੇ ਛੋਟੇ ਛੋਟੇ ਪ੍ਰੋਜੈਕਟਾਂ 'ਚ ਇੱਥੇ ਇਨਵੈਸਟਮੈਂਟ ਕਰਕੇ ਲੋਕਾਂ ਦਾ ਰੁਜ਼ਗਾਰ ਜਨਰੇਟ ਹੋਵੇ ਪੰਜਾਬ ਦੀ ਕੋਈ ਥੋੜ੍ਹੀ ਜਿਹੀ ਕਾਇਆ ਕਲਪ ਹੋਵੇ ਪਰ ਜੇ ਇਹੀ ਸਥਿਤੀ ਰਹੀ ਫਿਰ ਤਾਂ NRIs ਨੇ ਪੈਸਾ ਕੱਢ ਕੇ ਉੱਥੇ ਲੈ ਜਾਣੇ ਅਤੇ ਸਾਡੇ ਪੰਜਾਬ ਨੂੰ ਇਹਦਾ ਬਹੁਤ ਵੱਡਾ ਲੌਸ ਹੋਣਾ ਇਹਨੂੰ ਪਹਿਲ ਦੇ ਆਧਾਰ ਦੇ ਉੱਤੇ ਇਸ ਇਸ਼ੂ ਨੂੰ ਰਿਜੋਲਵ ਕਰਨਾ ਚਾਹੀਦਾ ਅਤੇ ਅਸੀਂ ਗੱਲਬਾਤ ਕਰਦੇ ਹਾਂ ਹੋਰ ਵੀ ਇੱਥੇ ਲੋਕ ਹੈਗੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸ਼ੁਭ ਨਾਮ ਸਰ ਹਰਪਾਲ ਸਿੰਘ ਜੀ ਹਰਪਾਲ ਸਿੰਘ ਜੀ ਜੋ ਸਰਦਾਰ ਜੀ ਉਹਨਾਂ ਨੇ ਕਿਹਾ ਕਿ ਇਹ ਗੱਲ ਠੀਕ ਲੱਗਦੀ ਹੈ ਤੁਹਾਨੂੰ ਹਾਂਜੀ ਠੀਕ ਹੈ ਜੀ ਅਸੀਂ ਸਾਰੇ ਉਹ ਪੁਰਾਣੇ ਜਿਹੜੇ ਪ੍ਰੋਪਰਟੀ ਦੇ ਮਾਲਕ ਸੀ ਉਹਨਾਂ ਕੋਲੋਂ ਇਹਨਾਂ ਨੂੰ ਪਲੋਟ ਲੈ ਕੇ ਦਿੱਤਾ ਅੱਛਾ ਜੀ ਕੋਈ ਇਹਦੇ ਵਿੱਚ ਰੌਲਾ ਨਹੀਂ ਇਹ ਤਾਂ ਕੋਈ ਮਾੜੇ ਜਿਹੇ ਕੋਈ ਰਸੀਦ ਸੂਜੀ ਚੱਕੀ ਫਿਰਦੇ ਆ ਉਹ ਅੱਛਾ ਜੀ ਕਿਹਦੇ ਵੱਲੋਂ ਹੈਗੀ ਹੈ ਕਿਹਦੇ ਵੱਲੋਂ ਮਤਲਬ ਕੋਈ ਪੱਕੇ ਪੱਕੇ ਪ੍ਰੂਫ ਵੀ ਨਹੀਂ ਸਾਡੇ ਪੁਲਿਸ ਉਹਨਾਂ ਦੇ ਕਹੇ ਤੇ ਕਾਰਵਾਈ ਕਰੀ ਜਾਂਦੀ ਹੈ ਉਹਨਾਂ ਦੇ ਕਹੇ ਤੇ ਕਮਰਾ ਵੀ ਰੋਕ ਗਏ ਆ ਤੇ ਉਹ ਥਾਣੇ 'ਚ ਵੀ ਅਗਲੇ ਉਹਨਾਂ ਨੂੰ ਪੁੱਛਦੇ ਅੱਛਾ ਹੁਣ ਅਸੀਂ ਜਿਹਨੂੰ ਸਾਨੂੰ ਬੁਲਾਉਂਦੇ ਅਸੀਂ ਜਾਵਾਂਗੇ ਪਰ ਹੁਣ ਸਾਡਾ ਕੰਮ ਵੀ ਰੋਕਿਆ ਹੋਇਆ ਜੀ ਤੇ ਤੁਸੀਂ ਇਹਦੇ ਲਈ ਕੋਈ ਇਲਾਕੇ ਦੇ ਸਰਦਾਰ ਜੀ ਕਾਉਂਸਲਰ ਨੂੰ ਜਾਂ ਹੋਰ ਵੀ ਕਿਸੇ ਨੂੰ ਗੱਲ ਕੇ ਬਾਤ ਕੀਤੀ ਹੈ ਹਾਂਜੀ ਹਾਂਜੀ ਉਹ ਕੀ ਕਹਿੰਦੇ ਆ ਉਹ ਵੀ ਕਹਿੰਦੇ ਆ ਜੀ ਫਿਲਹਾਲ ਉਹਨਾਂ ਨੇ ਵੀ ਸਾਨੂੰ ਕਿਹਾ ਵੀ ਚੱਲ ਥੋੜ੍ਹਾ ਚਿਰ ਰੋਕ ਦਿਓ ਕੰਮ ਹੁਣ ਦੇਖਦੇ ਹਾਂ ਫਿਰ ਅੱਛਾ ਕਦੋਂ ਕਹਿੰਦੇ ਆ ਵੀ ਨਹੀਂ ਉਹਨਾਂ ਨੇ ਕੋਈ ਸਪੋਰਟ ਕੋਈ ਹੋਰ ਦਿਲਾਸਾ ਨਹੀਂ ਦਿੱਤਾ ਕਰ ਰਹੇ ਆ ਹਾਂਜੀ ਅੱਛਾ ਕੀ ਕਰ ਰਹੇ ਉਹਨਾਂ ਦੀ ਤਾਂ ਸਰਕਾਰ ਹੈ ਨਹੀਂ ਨਹੀਂ ਨਾਲ ਹੈਗੇ ਵਰਬਲੀ ਨਾਲ ਆਈ ਆ ਉਹ ਪੇਪਰਾਂ ਤੋਂ ਕਹਿ ਰਹੇ ਨਾ ਕੋਈ ਇਨਕੁਆਇਰੀ ਹੋਊਗੀ ਪੇਪਰਾਂ ਤੋਂ ਜੋ ਇਨਕੁਆਇਰੀ ਹੋਊਗੀ ਫਿਰ ਉਹਦੇ 'ਚ ਆਪਾਂ ਦੇਖਾਂਗੇ ਜੇ ਆਪਾਂ ਬੰਦਾ ਅਗਲਾ ਸਾਡੇ ਨਾਲ ਧੱਕਾ ਕਰਦਾ ਉਹਦੇ ਤੁਹਾਡੀ ਮਦਦ ਕਰਾਂਗੇ ਅੱਛਾ ਜੀ ਹਾਂਜੀ ਅਤੇ ਇਹ ਜਿਹੜਾ ਤੁਸੀਂ ਪਲਾਟ ਹੈਗੇ 2-3 ਸਾਲ ਹੋ ਗਏ ਤੁਹਾਨੂੰ ਪਰ ਉਹ ਬੰਦੇ ਹੁਣ ਆਉਣੇ ਸ਼ੁਰੂ ਹੋਏ ਆ ਹਾਂਜੀ ਹਾਂਜੀ ਪਹਿਲਾਂ ਨਹੀਂ ਆ ਰਹੇ ਸੀ ਹੋਇਆ ਨਾ ਅਸੀਂ ਗੋਲਿਆ ਹੀ ਆ ਵੀ ਇੱਥੇ ਕੋਈ ਮਤਲਬ ਸਾਨੂੰ ਹੈ ਹੀ ਨਹੀਂ ਸੀ ਪ੍ਰੋਬਲਮ ਕੋਈ ਹਾਂਜੀ ਮਤਲਬ 2-3 ਸਾਲ ਤੋਂ ਰਜਿਸਟਰੀ ਇੰਤਕਾਲ ਚੜਿਆ ਹੋਇਆ ਪਰ ਉਹ ਹੁਣ ਆਉਣੇ ਸ਼ੁਰੂ ਹੋਏ ਹਾਂਜੀ ਹੁਣੇ ਹੀ ਆਏ ਆ ਹੁਣੇ ਆਏ ਆ ਤੇ ਤੁਸੀਂ 2-3 ਸਾਲ ਤੋਂ ਪ੍ਰੋਪਰ ਨਿਗਰਾਨੀ ਰੱਖ ਰਹੇ ਸੀ ਆਪਣੇ ਹਾਂਜੀ ਜਦੋਂ ਤੋਂ ਤੁਸੀਂ ਆਹ ਕਮਰਾ ਪਾਉਣਾ ਸ਼ੁਰੂ ਕੀਤਾ ਉਦੋਂ ਤੋਂ ਦਿੱਕਤ ਆਉਣੀ ਸ਼ੁਰੂ ਹੋ ਗਈ
ਕਮਰਾ ਤਾਂ ਅਸੀਂ ਫਿਰ ਬਾਅਦ ਸ਼ੁਰੂ ਕੀਤਾ ਹਾਂਜੀ ਅੱਛਾ ਓਕੇ ਉਹਨਾਂ ਕਰਕੇ ਕੀਤਾ ਵੀ ਇਹ ਪਾਉਣਾ ਪੈਣਾ ਕਿਉਂਕਿ ਕਬਜ਼ਾ ਸਾਨੂੰ ਫਿਰ ਰੱਖਣਾ ਪੈਣਾ ਪਤਾ ਕਿੱਦਾਂ ਲੱਗਿਆ ਕਿ ਇੱਥੇ ਕਬਜ਼ਾ ਜਿਹਾ ਹੋ ਰਿਹਾ ਤੁਹਾਡਾ ਕਬਜ਼ਾ ਇੱਟਾਂ ਉਹ ਸਿੱਟ ਗਏ ਸੀ ਕਿਤੇ ਪਲਾਟ ਸਫਾਈ ਕਰਕੇ ਖੋਲਿਆ ਸੀ ਅਸੀਂ ਬਾਹਰ ਗੇਟ ਅੱਛਾ ਤੇ ਉਹ ਅੰਦਰ ਇੱਟਾਂ ਦੀ ਟਰਾਲੀ ਸਿੱਟ ਗਏ ਹਜ਼ਾਰ ਕੁ ਅੱਛਾ ਹਾਂਜੀ ਉਸ ਤੋਂ ਬਾਅਦ ਸਾਨੂੰ ਫਿਰ ਫਿਕਰ ਹੋਇਆ ਵੀ ਇਹ ਕੀ ਹੋ ਰਿਹਾ ਇਹ ਕਿੱਦਾਂ ਆ ਗਈਆਂ ਇੱਟਾਂ ਕਿੱਦਾਂ ਆ ਗਈਆਂ ਓਕੇ ਹਾਂਜੀ ਠੀਕ ਹੈ ਜੀ ਤੇ ਹੋਰ ਕੁਝ ਕਹਿਣਾ ਚਾਹੋਗੇ ਤੁਸੀਂ ਸਰਕਾਰ ਨੂੰ ਸਰਕਾਰ ਨੂੰ ਇਹੀ ਕਹਿਣਾ ਜੀ ਅਸੀਂ ਵੀ ਤੁਸੀਂ ਸਾਡੀ ਇਹ ਚੀਜ਼ 'ਚ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਸਹੀ ਹਾਂ NRI ਬੰਦੇ ਹਾਂ ਅਤੇ ਫਿਰ ਇਹ ਚੀਜ਼ ਦਾ ਬਹੁਤ ਇਫੈਕਟ ਪੈਂਦਾ ਹੈ ਠੀਕ ਹੈ ਜੀ ਅਤੇ ਹਾਂਜੀ ਥੈਂਕ ਯੂ ਜੀ ਅਤੇ ਦੋਸਤੋ ਇਹ ਸੀਗੇ ਸਰਦਾਰ ਜੀ ਜਿਨ੍ਹਾਂ ਦੇ ਇਹਨਾਂ ਨੇ ਦੱਸਿਆ ਕਿ NRI ਹੈਗੇ ਹਾਂ ਅਸੀਂ ਔਰ ਪੰਚਸ਼ੀਲ ਕਲੋਨੀ ਮੈਂ ਇੱਕ ਵਾਰੀ ਤੁਹਾਨੂੰ ਪਲਾਟ ਦਿਖਾਉਣਾ ਚਾਹਾਂਗਾ ਕਿ ਕਿਹੜਾ ਪਲਾਟ ਹੈਗਾ ਕੀ ਹੈਗਾ ਇੱਕ ਵਾਰੀ ਤੁਹਾਨੂੰ ਦਿਖਾਉਂਦੇ ਹਾਂ ਕਿ ਆਹ ਪਲਾਟ ਹੈਗਾ ਜਿਹਦੇ 'ਤੇ ਕਬਜ਼ਾ ਹੋ ਰਿਹਾ ਆਹ ਇੱਟਾਂ ਜਿਹੜੀਆਂ ਅੰਦਰ ਸੁੱਟ ਗਏ ਸੀ ਬਾਅਦ 'ਚੋਂ ਇਹਨਾਂ ਨੇ ਬਾਹਰ ਕਰਵਾਈਆਂ ਹੈਗੀਆਂ ਅਤੇ ਕੋਈ ਛੋਟਾ ਪਲਾਟ ਨਹੀਂ ਹੈ 745 ਗਜ਼ ਦਾ ਪਲਾਟ ਹੈਗਾ 728 ਗਜ਼ ਦਾ ਪਲਾਟ ਹੈਗਾ ਅਤੇ ਆਹ ਇਹਨਾਂ ਨੇ ਇੱਥੇ ਹਾਲਾਂਕਿ ਆਪਣਾ ਨਾਮ ਵੀ ਲਿਖਿਆ ਹੋਇਆ ਬਾਹਰ ਮੋਬਾਈਲ ਨੰਬਰ ਵੀ ਲਿਖਿਆ ਪਰ ਲੈਂਡ ਮਾਫੀਆ ਦੇ ਜਿਹੜੇ ਹੌਸਲੇ ਇੰਨੇ ਬੁਲੰਦ ਹੈ ਕਿ ਜਿੱਦਾਂ ਹੀ ਖਾਲੀ ਪਲਾਟ ਦੇਖਿਆ ਉਹਨਾਂ ਨੇ ਅਤੇ ਖਾਲੀ ਪਲਾਟ ਦੇਖ ਕੇ ਜਿਹੜਾ ਹੈਗਾ ਉਹਨਾਂ ਨੂੰ ਲੱਗਿਆ ਕਿ ਇਹ ਕਿਉਂਕਿ ਕਰੋੜਾਂ ਦੀ ਪ੍ਰੋਪਰਟੀ ਹੋ ਸਕਦੀ ਹੈ ਅੱਜ ਦੇ ਟਾਈਮ 'ਚ ਰੇਟ ਵੱਧਦੇ ਜਾ ਰਹੇ ਹੈ ਅਤੇ ਉਹਨਾਂ ਨੂੰ ਲੱਗਿਆ ਕਿ ਇੱਥੇ ਖਾਲੀ ਪਲਾਟ ਦੇਖ ਕੇ ਉਹਨਾਂ ਨੇ ਇੱਟਾਂ ਸੁਟਾਈਆਂ ਇਹ ਵੀ ਇੱਕ ਸਟ੍ਰੈਟਜੀ ਹੋ ਸਕਦੀ ਹੈ ਕਬਜ਼ੇ ਕਰਨ ਦੀ ਖਾਲੀ ਪਲਾਟਾਂ ਦੇ ਅਤੇ ਪੁਲਿਸ ਵੀ ਜਿੱਦਾਂ ਕਿ ਇਹ ਦੱਸ ਰਿਹਾ ਕਿ ਰਜਿਸਟਰੀ ਸਾਡੇ ਨਾਮ ਹੈ ਇੰਤਕਾਲ ਸਾਡੇ ਨਾਮ ਹੈ ਸਰਕਾਰ ਨੇ ਟੈਕਸ ਤਾਂ ਇਹਨਾਂ ਤੋਂ ਲੈ ਲਿਆ ਪਰ ਅੱਜ ਜਦੋਂ ਇਹਨਾਂ ਨੂੰ ਰਾਖੀ ਦੀ ਲੋੜ ਹੈ ਜਦੋਂ ਇਹਨਾਂ ਨੂੰ ਸੁਰੱਖਿਆ ਦੀ ਲੋੜ ਹੈ NRI ਭਰਾਵਾਂ ਨੂੰ ਅਤੇ ਉਦੋਂ ਇਹੋ ਜਿਹੀਆਂ ਚੀਜ਼ਾਂ ਉਹਨਾਂ ਨਾਲ ਵਾਪਰਨੀਆਂ ਪੁਲਿਸ ਡਿਪਾਰਟਮੈਂਟ ਦਾ ਇਹਨਾਂ 'ਤੇ ਹੀ ਸਖਤੀ ਕਰਨਾ ਔਰ ਉਸਾਰੀ ਰੁਕਵਾਉਣਾ ਇਹ ਬੜੇ ਕੁਸ਼ਚਨ ਖੜ੍ਹੇ ਕਰਦਾ ਅਤੇ ਇੱਕ NRI ਸੈਕਟਰ NRI ਭਰਾਵਾਂ ਦੇ ਵਿੱਚ ਇੱਕ ਨਾਉਮੀਦ ਆਪਣੀ ਇਨਸਿਕਿਉਰਿਟੀ ਪੈਦਾ ਕਰਦਾ ਕਿ ਕਿੱਦਾਂ ਲੋਕ ਜਿਹੜੇ ਹੈਗੇ ਕਿਸ ਵਿਸ਼ਵਾਸ 'ਤੇ ਪੰਜਾਬ ਦੇ ਵਿੱਚ ਆਪਣੀ ਫਿਊਚਰ ਇਨਵੈਸਟਮੈਂਟ ਸੋਚਣਗੇ ਜਾਂ ਕਰਨਗੇ ਇੱਕ ਵਾਰੀ ਕਿਤੇ ਫਿਰ ਸਾਨੂੰ ਡਰ ਹੈ ਉਹੋ ਜਿਹੇ ਮਾਹੌਲ ਨਾ ਹੋ ਜਾਣ ਕਿ NRI ਭਰਾ ਜਿਹੜਾ ਪੰਜਾਬ ਤੋਂ ਆਪਣਾ ਪੈਸਾ ਬਾਹਰ ਕੱਢਣਾ ਲੱਗ ਜਾਣ ਜੇ ਇਹੋ ਜਿਹੀ ਗੱਲ ਹੋਈ ਤਾਂ ਪੰਜਾਬ ਲਈ ਇਸ ਤੋਂ ਮਾੜੇ ਦਿਨ ਨਹੀਂ ਹੋ ਸਕਦੇ ਉਹਨੂੰ ਕਾਲੇ ਦਿਨ ਹੀ ਕਹਾਂਗੇ ਅਸੀਂ ਪੰਜਾਬ ਲਈ ਇੱਦਾਂ ਹੀ ਤੁਹਾਨੂੰ ਹੋਰ ਵੀ ਚੀਜ਼ਾਂ ਨਾਲ ਜਾਣੂ ਕਰਾਉਂਦੇ ਰਹਾਂਗੇ ਦੇਖਦੇ ਰਹੋ ਬਣੇ ਰਹੋ ਜਨ ਹਿਤੈਸ਼ੀ ਧੰਨਵਾਦ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ